ਜਿਹੜਾ ਬਾਦਲ ਸਾਹਿਬ ਤੁਸੀਂ ਰਿਸ਼ਤਾ ਬਣਾਇਆ ਹੈ ਖਾਕੀ ਨਿੱਕਰ ਵਾਲਿਆਂ ਦੇ ਨਾਲ, ਆਰ ਐਸ ਐਸ ਤੇ ਬੀਜੇਪੀ ਦੇ ਨਾਲ। ਬਾਦਲ ਅਕਸਰ ਕਹਿੰਦਾ ਕਿ ਸਿੱਖਾਂ ਦਾ ਤੇ ਭਾਰਤੀ ਜਨਤਾ ਪਾਰਟੀ ਦੇ ਆਰ ਐਸ ਐਸ ਦਾ ਤੇ ਅਕਾਲੀ ਦਲ ਦਾ ਇਹ ਕਹਿੰਦਾ ਨੂੰਹ ਤੇ ਮਾਸ ਦਾ ਰਿਸ਼ਤਾ ਹੈ। ਮੈਂ ਕਹਿਣਾ ਚਾਹੁੰਦਾ ਕਿ ਬਾਦਲ ਸਾਹਿਬ ਤੁਹਾਡਾ ਤੇ ਬੀਜੇਪੀ ਦਾ ਜਿਹੜਾ ਰਿਸ਼ਤਾ ਹੈ ਉਹ ਅਸਲ ਵਿੱਚ ਵਪਾਰ ਦਾ ਰਿਸ਼ਤਾ ਹੈ। ਅਗਰ ਪੰਜਾਬ ਦੇ ਵਿੱਚ ਕੋਈ ਰਿਸ਼ਤਾ ਹੈ ਨੋ ਤੇ ਮਾਸ ਦਾ, ਉਹ ਪਿੰਡਾਂ ਵਿੱਚ ਕਿਸਾਨ, ਕਿਰਤੀ, ਕਾਮੇ, ਪਛੜੀਆਂ ਸ਼੍ਰੇਣੀਆਂ, ਦਲਿਤ ਜਿਹੜੇ ਇੱਕ ਥਾਲੀ ਵਿੱਚ ਰੋਟੀ ਛਕਦੇ ਨੇ, ਲੰਗਰ ਇੱਕ ਖੇਤ ਵਿੱਚ ਕੰਮ ਕਰਦੇ ਨੇ, ਔਰ ਉਹਨਾਂ ਲੋਕਾਂ ਨੇ ਅੱਜ ਅਗਰ ਭਾਰਤ ਦਾ ਨਾਮ ਕਿਤੇ ਸਾਰੀ ਦੁਨੀਆਂ ਦੇ ਵਿੱਚ ਹੈ ਤਾਂ ਸਤਿਕਾਰਯੋਗ ਵੀਰੋ ਤੁਸਾਂ ਇਸ ਭਾਰਤ ਨੂੰ ਮਹਾਨ ਬਣਾਇਆ। ਨਾ ਮੋਦੀ ਨੇ ਬਣਾਇਆ, ਨਾ ਬਾਦਲ ਨੇ ਬਣਾਇਆ ਇਸ ਨੂੰ ਮਹਾਨ। ਮੇਰੇ ਵੀਰੋ, ਮੋਦੀ ਤੇ ਬਾਦਲ ਫਿਰਕਾ ਪ੍ਰਸਤ ਹਨ। ਇਸ ਨੂੰ ਧਰਮ ਤੇ ਜਾਤ ਪਾਤ ਤੇ ਉਸੇ ਵੰਡੀਆਂ ਪਾ ਕੇ ਲੋਕਾਂ ਨੂੰ ਮਰਵਾ ਕੇ, ਦੰਗੇ ਕਰਵਾ ਕੇ ਇਹ ਆਪਣਾ ਰਾਜ ਬਹਾਲ ਕਰਦੇ ਨੇ। ਬਾਦਲ ਨੇ, ਕਿਉਂਕਿ ਬਾਦਲ ਜਿਹੜਾ ਨਾ, ਬੁਰਾ ਨਾ ਮਨਾਇਓ, ਮੈਂ ਥੋੜ੍ਹਾ ਜਿਹਾ ਮੇਰੀ ਸ਼ਬਦਾਵਲੀ ਥੋੜ੍ਹੀ ਜਿਹੀ ਥੱਲੇ ਆਉਣ ਲੱਗੀ ਆ। ਅਕਾਲੀਆਂ ਨੂੰ ਕਹਿਣਾ ਚਾਹੁੰਦਾ, ਤੁਸੀਂ ਤਾਂ ਐਵੇਂ ਇਹਦੇ ਪਿੱਛੇ ਲੱਗੇ ਹੋ, ਇਸ ਦਾ ਪਜਾਮਾ ਲਵਾ ਕੇ ਦੇਖੋ, ਇਹਦੇ ਕਛਹਿਰੇ ਦੇ ਥੱਲੇ ਨਿੱਕਰ ਖਾਕੀ। ਮੇਰੇ ਵੀਰੋ, ਇਹ ਪੰਜਾਬ ਦਾ ਹਿਤੈਸ਼ੀ ਨਹੀਂ ਗਾ, ਇਹ ਕਿਸਾਨ ਵਿਰੋਧੀ ਹੈ, ਇਹ ਸਿੱਖ ਵਿਰੋਧੀ ਹੈ। 5 ਵਾਰ ਰਾਜ ਕੀਤਾ ਚੀਫ ਮਿਨਿਸਟਰ ਰਿਹਾ, ਤੇਰੀ ਨੂੰਹ ਕੇਂਦਰ ਵਿੱਚ ਮੰਤਰੀ ਆ, ਆ ਤੇਰਾ ਗੱਪੀ ਮੁੰਡਾ ਇਹ ਵੀ ਕੇਂਦਰ ਵਿੱਚ ਮੰਤਰੀ ਰਹਿ ਚੁੱਕਾ ਵਾ, ਤੇ ਲੋਕਾਂ ਨੂੰ ਕੀ ਦਿੱਤਾ? ਭੁੱਖਮਰੀ, ਨਸ਼ੇ, ਕੈਂਸਰ, ਆਤਮ ਹੱਤਿਆਵਾਂ, 1 ਲੱਖ ਕਰੋੜ ਦਾ ਕਰਜ਼ਾ। ਮੇਰੇ ਵੀਰੋ, ਸਤਿਕਾਰਯੋਗ ਭਰਾਓ ਤੇ ਭੈਣੋ, 72 ਸਾਲ ਦੀ ਆਜ਼ਾਦੀ ਤੋਂ ਬਾਅਦ ਅੱਜ ਆਮ ਜਨਤਾ ਦੇ ਜੋ ਉਹਨਾਂ ਦੇ ਅਧਿਕਾਰ ਸੀਗੇ, ਅੱਜ ਉਹਨਾਂ ਕੋਲੋਂ ਮਿਆਰੀ ਵਿੱਦਿਆ ਖੋਹ ਲਈ ਆ ਪੰਜਾਬ ਦੇ ਵਿੱਚੋਂ, ਸਰਕਾਰੀ ਸਕੂਲ ਟੱਟ ਚੁੱਕੇ ਨੇ, ਲੋਕਾਂ ਦਾ ਵਿਸ਼ਵਾਸ ਉੱਠ ਚੁੱਕਾ ਵਾ। ਅੱਜ ਸਾਡੇ ਕੋਲੋਂ ਸਿਹਤ ਦੀਆਂ ਸੇਵਾਵਾਂ, ਸਾਰੀਆਂ ਡਿਸਪੈਂਸਰੀਆਂ, ਸਾਰੇ ਹਸਪਤਾਲ, ਉਹਨਾਂ ਦੇ ਵਿੱਚ ਕਿਸੇ ਗਰੀਬ ਆਦਮੀ ਦਾ ਕੋਈ ਇਲਾਜ ਨਹੀਂ ਹੋ ਸਕਦਾ। ਮੇਰੇ ਵੀਰੋ, ਇਹਨਾਂ ਨਲਾਇਕ ਜਗੀਰਦਾਰ ਜਿਹੜੇ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦਾ ਟੱਬਰ, ਇਹ 2 ਜਗੀਰਦਾਰ ਟੱਬਰਾਂ ਨੇ ਪੰਜਾਬ ਦੇ ਵਿੱਚ ਲੁੱਟ ਕੇ ਸਟੇਟ ਨੂੰ ਅੱਜ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੀ ਬਣਾਤਾ। ਇਹਨਾਂ ਨੇ ਮੇਰੇ ਵੀਰੋ ਭੈਣੋ ਆਪੇ ਹੀ ਮਤਾ ਪਕਾ ਲਿਆ ਪੰਜਾਬ ਦੀ ਵਿਧਾਨ ਸਭਾ ਵਿੱਚ। ਕੈਪਟਨ ਨੇ, ਬਾਦਲ ਨੇ, ਪੱਠਲ ਨੇ, ਲਾਲ ਸਿੰਘ ਵਰਗਿਆਂ ਨੇ। ਅਖੇ ਸੁਣਨ ਵਾਲੀ ਗੱਲ ਆ, ਅਖੇ ਜਿੰਨੀ ਵਾਰ MLA ਬਣੇ 19 ਪੈਨਸ਼ਨਾਂ, 6 ਵਾਰੀ ਬਣੇ 6 ਪੈਨਸ਼ਨਾਂ, 8 ਵਾਰੀ ਬਣੇ 8 ਪੈਨਸ਼ਨਾਂ, 9 ਵਾਰੀ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹਜ਼ਾਰਾਂ ਕਰੋੜਾਂ ਰੁਪਇਆ ਦਾ ਮਾਲਕ ਹੈ, ਜਿਸ ਦੀ 600 ਬੱਸ ਆ ਪੰਜਾਬ ਦੇ ਵਿੱਚ, ਜਿਸ ਦੇ 7 ਸਿਤਾਰੇ ਹੋਟਲ ਨੇ, ਜਿਸ ਦਾ ਟੈਲੀਵਿਜ਼ਨ ਚੈਨਲ ਆ, ਇਸ ਪਖੰਡੀ ਨੇ ਮੇਰੇ ਵੀਰੋ ਕੈਪਟਨ ਸਾਹਿਬ ਨਾਲ ਰਲ ਕੇ 9 ਵਾਰ MLA ਬਣਨ ਦੀ ਪੈਨਸ਼ਨ 5 ਲੱਖ
26,000 ਰੁਪਿਆ ਪ੍ਰਤੀ ਮਹੀਨਾ ਪ੍ਰਕਾਸ਼ ਸਿੰਘ ਦੀ ਬਾਦਲ ਦੀ ਪੈਨਸ਼ਨ ਕੈਪਟਨ ਅਮਰਿੰਦਰ ਸਿੰਘ ਨੇ ਮਿੱਥੀ ਆ ਮੇਰੇ ਵੀਰੋ ਭੈਣੋ, ਸ਼ਰਮ ਆਉਣੀ ਚਾਹੀਦੀ ਕੈਪਟਨ ਸਾਹਿਬ। ਜਗੀਰਦਾਰ ਪਰਿਵਾਰ ਨੇ ਨਾ, ਇਹਨਾਂ ਨੇ ਸਾਡੇ ਸਾਰੇ ਸਰੋਤਾਂ ਤੇ ਪਰਿਵਾਰ ਤੇ ਵਪਾਰਾਂ ਤੇ ਕਬਜ਼ਾ ਕੀਤਾ। ਸਾਰਾ ਟਰਾਂਸਪੋਰਟ ਦਾ ਵਪਾਰ, 600 ਬੱਸ ਸੁਖਬੀਰ ਬਾਦਲ ਦੀ, ਸੈਂਕੜੇ ਬੱਸਾਂ ਅਵਤਾਰ ਹੈਨਰੀ ਦੀਆਂ, ਸੈਂਕੜੇ ਬੱਸਾਂ ਜਸਬੀਰ ਸਿੰਘ ਡਿੰਪੇ ਦੀਆਂ, ਸੈਂਕੜੇ ਬੱਸਾਂ ਕਾਂਗਰਸ ਦੇ MLA ਅਮਰੀਕ ਸਿੰਘ ਸਮਰਾਲਾ ਦੀਆਂ, ਬਹੁਤ ਸਾਰੇ ਲੋਕਾਂ ਦੀਆਂ ਬੱਸਾਂ। ਇਹਨਾਂ ਨੇ ਸਾਰਾ ਪੰਜਾਬ ਲੁੱਟ ਕੇ ਆਪਣੇ ਟੱਬਰਾਂ ਨੂੰ ਪਾਤਾ। 90% ਟਰਾਂਸਪੋਰਟ ਦੇ ਵਪਾਰ ਦੇ ਉੱਤੇ ਇਹਨਾਂ ਚੰਦ ਸਿਆਸੀ ਪਰਿਵਾਰਾਂ ਦਾ ਕਬਜ਼ਾ, ਜਿਹਦੇ ਕਰਕੇ ਸਾਡੇ ਨੌਜਵਾਨ ਬੇਰੁਜ਼ਗਾਰ ਨੇ, ਨਸ਼ੇੜੀ ਹੋ ਗਏ। ਇੱਕ ਵੱਡਾ ਫੈਸਲਾ ਹੋਰ ਹੋਵੇਗਾ ਜਿੱਦਣ ਤੁਹਾਡੀ ਸਰਕਾਰ ਬਣੇਗੀ। ਪਹਿਲੇ ਇੱਕ ਮਹੀਨੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀਆਂ 600 ਵੱਡੀਆਂ ਵੱਡੀਆਂ ਵੋਲਵੋ ਤੇ ਮਰਸਡੀਜ਼, 4-4, 5-5 ਕਰੋੜ ਦੀਆਂ ਬੱਸਾਂ ਸਾਰੀਆਂ ਖੋ ਕੇ ਬੇਰੁਜ਼ਗਾਰ ਨੌਜਵਾਨਾਂ ਵਿੱਚ ਵੰਡੀਆਂ ਜਾਣਗੀਆਂ ਮੇਰੇ ਵੀਰੋ।